वेलकम बैक गाइस टू ब्रो चैनल, न्यू व्लॉग न्यू डे। बरे जा रहे हैं, थोने कैमरा मार के दिखा दा कितने घूमते हैं, कितने फिर रहे हैं इस वक्त। ਅਸੀਂ ਆਇਆ ਯਾਰ ਐਕਚੁਅਲੀ ਫੈਰੀ ਟਰਾਈ ਕਰਨ, ਫੈਰੀ ਸਰਵਿਸ RTA ਨਾਲੇ ਤੁਹਾਨੂੰ ਦਿਖਾ ਦਿੰਦੇ ਹਾਂ ਕੀ ਉਹਦੇ ਫੰਡੇ ਨੇ। ਠੀਕ ਹੈ, ਘੁਬਾਇਬਾ ਵਾਟਰ ਸਟੇਸ਼ਨ। ਮੇਰੇ ਨਾਲ ਦੇ ਬੰਦੇ ਭੱਜ ਗਏ ਨੇ, ਨਾਲ ਦੇ ਬੰਦੇ ਬਾਈ ਜੀ ਪੁੱਛ ਰਹੇ ਨੇ ਟਿਕਟਸ। ਵੀ ਹੈਵ ਓਨਲੀ 1 ਮਿੰਟ, ਵੀ ਹੈਵ ਟੂ ਰੀਚ ਦੇਅਰ। Thank you. Guys, we are now entered ferry service. This is the main deck. Okay, let's inside. Guys, ferry de vich assi aake matlab beh gaye tinno jane, theek hai। ਮਾਈਸੈਲਫ ਵੱਡਾ ਬਾਈ, ਸ਼ੈਰੀ ਬਾਈ ਅਤੇ ਛੋਟਾ ਬਾਈ। ਹਾਂਜੀ, ਕਿੱਦਾਂ ਫੀਲਿੰਗ ਹੈ ਬਾਈ? ਪੂਰੀ ਵਧੀਆ ਬਾਈ, ਐਨ ਫੀਲਿੰਗ ਤਾਂ ਲੈ ਲਈ ਸੀ ਪੂਰੀ ਪੂਰੀ ਹੱਥ ਵਧੀਆ ਨਾ। ਆਹ 3 ਟਿਕਟਸ ਵੱਡੀਆਂ ਵੱਡੀਆਂ ਸੀ, ਪਾੜ ਲੀਆਂ ਰੱਖ ਲਈਆਂ ਸੀ ਆਪਣੇ ਕੋਲ। ਅਸੀਂ ਆਉਂਦਾ ਗੱਡੀ ਜਾ ਰਹੀ ਹੈ ਸਾਡੀ, ਵਾਪਸ ਜਾ ਰਹੀ ਹੈ, ਅੱਗੇ ਜਾ ਰਹੀ ਹੈ, ਪਿੱਛੇ ਜਾ ਰਹੀ ਹੈ, ਪਿੱਛੇ ਜਾ ਰਹੀ ਹੈ ਨਾ, ਰਿਵਰਸ ਹੋ ਰਹੀ ਹੈ, ਰਿਵਰਸ ਹੋ ਰਹੀ ਹੈ। ਇੰਜੋਏ ਕਰੋ ਨਾਲੋ ਨਾਲ, ਨਾਲੇ ਬਾਈ ਦੇ ਨਾਲੇ ਇਹਦੇ ਚੱਲਦੇ ਆ ਸਫ਼ਰ ਦੇ। ਐਜ਼ ਇਟ ਇਜ਼ ਜਿਵੇਂ ਏਅਰਪੋਰਟ 'ਤੇ ਜਦੋਂ ਪਲੇਨ ਦੇ ਵਿੱਚ ਤੁਸੀਂ ਐਂਟਰ ਹੁੰਦੇ ਹੋ ਨਾ, ਤਾਂ ਸੇਫਟੀ ਬਰੀਫਿੰਗ ਹੁੰਦੀ ਹੈ। ਓਕੇ, ਤਾਂ ਸੇਮ ਐਜ਼ ਇਟ ਇਜ਼ ਉਹੀ ਸੇਫਟੀ ਬਰੀਫਿੰਗ ਔਨ ਦਾ ਟੀ ਵੀ ਫੋਰ ਆਲ ਦਾ ਪੈਸੈਂਜਰਸ। ਓਕੇ, ਅਤੇ ਇਹ ਜ਼ਰੂਰੀ ਹੈ, ਮਤਲਬ ਇੱਕ ਛੋਟੇ ਜਿਹਾ ਕਲਿੱਕ ਦਿਖਾ ਦਿੰਦਾ। Bird on a tree, I'm just sitting here, they already announced। Guys, welcome back to Dubro channel। bhai ji ferry pe aa gaya, ferry service, ferry service। ਫੈਰੀ ਸਰਵਿਸ ਹੈ ਦੁਬਈ ਦੀ, RTA ਫੈਰੀ ਸਰਵਿਸ, ਦਾ ਬੈਸਟ ਆਈ ਥਿੰਕ ਐਕਸਪੀਰੀਅੰਸ ਹੈ ਮਾਹੌਲ। ਤੁਹਾਨੂੰ ਥੋੜ੍ਹੀ ਇਨਫੋਰਮੇਸ਼ਨ ਦੇ ਦਾ ਮੈਂ, ਇਹ ਬਰ ਦੁਬਈ ਏਰੀਆ ਵਾ ਔਰ ਟਿਕਟਸ ਲੈ ਕੇ ਤਿੰਨਾਂ ਜਣਾਂ ਨੇ 15 ਦਿਰਹਮ ਈਚ ਪਰਸਨ, ਫਿਰ 45 ਦਿਰਹਮ ਟੋਟਲ ਵੀ ਸਪੈਂਡ ਇਟ ਔਨ ਦਾ ਟਿਕਟਸ ਐਂਡ ਵੀ ਗੈਟ ਇਨ ਸਾਈਡ। ਓਕੇ, ਹੁਣ ਇਹ ਸਰਵਿਸ ਜਾ ਰਹੀ ਆ, ਫੈਰੀ ਜਾ ਰਹੀ ਆ ਸ਼ਾਰਜਾ। ਇਹਨਾਂ ਤੁਸੀਂ ਪਛਾਣਦੇ ਹੋਵੋਗੇ, ਇਹ ਅੱਜ ਦੇ ਹੀਰੋ ਆਪਣੇ। ਮੋਟੀਵੇਟ ਸੀਗਾ ਕੁਛ ਨਵੀਂ ਚੀਜ਼ ਦਿਖਾਈ ਜਾਵੇ ਦੁਬਈ ਦੀ ਫੈਰੀ ਸਰਵਿਸ, ਇਹ ਰੀਸੈਂਟਲੀ ਸਟਾਰਟ ਹੋਈ ਹੈ, RTA ਨੇ ਸਟਾਰਟ ਕੀਤੀ ਹੈ, ਲੇਕਿਨ ਸਕਸੈਸਫੁਲ ਇਹ ਜਾ ਰਹੀ ਆ ਹੁਣ ਤੱਕ ਔਰ ਵਿਜ਼ਿਟਰਸ ਵੀ ਇੰਜੋਏ ਕਰ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ।
ਔਰ ਇਸ ਕਰਕੇ ਮੈਂ ਕਿਹਾ ਤੁਹਾਨੂੰ ਜ਼ਰੂਰ ਰੂਬਰੂ ਕਰਾਇਆ ਜਾਵੇ ਇੱਕ ਨਵੀਂ ਸਰਵਿਸ ਨਾਲ, ਨਵੇਂ ਤਰੀਕੇ ਨਾਲ। ਇਹ ਬਾਦਲ ਵਾਲਾ ਭਰੂਕਾ ਨਹੀਂ ਹੈਗਾ, ਇਹ ਦਰਿਆ ਦੇ ਵਿੱਚ ਛੱਡਿਆ ਹੋਇਆ, ਇਹਨੂੰ ਕਹਿੰਦੇ ਆ ਅਸਲੀ ਬੱਸਾਂ ਪਾਣੀ ਦੇ ਉੱਤੇ ਤੋਰਨੀਆਂ, ਠੀਕ ਆ। ਹੁਣ ਤੁਹਾਨੂੰ ਸ਼ਾਰਟ ਕੱਟ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਮਾਹੌਲ ਬਣਦਾ। ਓਕੇ, ਹਵਾ ਥੋੜ੍ਹੀ ਜ਼ਿਆਦਾ ਚੱਲਦੀ ਆ ਔਰ ਥੋੜ੍ਹਾ ਸਾਊਂਡ ਵੀ ਆਏਗਾ ਯਾਰ। ਇੱਥੇ ਖੜ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਵਧੀਆ ਤਰੀਕੇ ਨਾਲ। ਸੇਫਟੀ ਦਾ ਬਿਲਕੁਲ ਤਰੀਕੇ ਨਾਲ ਧਿਆਨ ਰੱਖਿਆ ਗਿਆ ਵਾ। ਅਗਰ ਤੁਸੀਂ ਦੇਖੋ ਪਿੱਛੇ ਬੱਚਿਆਂ ਨੂੰ ਬਿਲਕੁਲ ਲਾਈਫ ਜੈਕਟ ਪਵਾ ਕੇ, ਔਰ ਮੋਢੇ ਲਈ ਵੀ ਲਾਈਫ ਜੈਕਟਸ ਅਵੇਲੇਬਲ ਹੈਗੀਆਂ ਨੇ ਇਨ ਕੇਸ ਆਫ ਐਨੀ ਐਮਰਜੈਂਸੀ, ਯੂਜ ਕਰ ਸਕਦੇ ਹੋ। ਅੱਛਾ ਖਾਸਾ ਐਕਸਪੀਰੀਅੰਸ ਹੈ ਯਾਰ ਇਹ ਫੀਲਡ ਦੇ ਨਾਲ, ਮੈਨੂੰ ਵੀ ਅੱਛਾ ਖਾਸਾ ਐਕਸਪੀਰੀਅੰਸ ਆ। ਇਹ ਪੁਰਾਣੀਆਂ ਚੀਜ਼ਾਂ ਮੈਨੂੰ ਯਾਦ ਆ ਗਈਆਂ ਨੇ, ਠੀਕ ਹੈ, ਔਰ ਇਹਨੂੰ ਇਹ ਯੂਜ ਕੀਤੇ ਹੋਏ ਨੇ ਲਾਈਫ ਦੇ ਵਿੱਚ ਕਿਸੇ ਟਾਈਮ ਦੇ ਵਿੱਚ। ਇਹ ਛੋਟੀ ਫੈਰੀ ਆ, ਅਸੀਂ ਬੜੇ ਸ਼ਿਪਾਂ ਦੇ ਵਿੱਚ ਹੁੰਦੇ ਸੀਗੇ, ਤਾਂ ਕਰਕੇ ਫੈਮਿਲੀਅਰ ਜਿਹਾ ਮਾਹੌਲ ਲੱਗਦਾ ਮੈਨੂੰ ਔਰ ਅੱਛਾ ਵੀ ਲੱਗਿਆ ਮਾਹੌਲ, ਠੀਕ ਹੈ। ਔਰ ਸਾਊਂਡ 'ਚ ਥੋੜ੍ਹੀ ਡਿਫੀਕਲਟੀ ਜੀ ਹੋਊਗੀ, ਸਾਊਂਡ ਜ਼ਿਆਦਾ ਵਾ, ਏਅਰ ਵੀ ਆਉਂਦੀ, ਹਵਾ ਵੀ ਆ, ਤਾਂ ਉਹਦੇ ਲਈ ਸੋਰੀ। ਅਤੇ ਬਾਈ ਮਜ਼ਾ ਆ ਰਿਹਾ ਪੂਰਾ, ਵਾਲ ਖਰਾਬ ਕਰਦੇ, ਕੋਈ ਗੱਲ ਨਹੀਂ, ਹਵਾ ਚੱਲਣ ਦੇ ਵਾਲ ਖਰਾਬ ਹੋਣਗੇ, ਸਾਰਾ ਕੁਝ ਖਰਾਬ ਹੋ ਗਿਆ, ਚੱਲਣ ਦਾ ਹਵਾ ਬਾਈ ਵਧੀਆ ਮਾਹੌਲ। ਵੀਰੇ ਫੈਰੀ ਪਿੱਕ ਕੀਤੀ ਹੈ ਇਹ, ਮਤਲਬ ਘੁਬੇਬਾ ਸਟੇਸ਼ਨ ਤੋਂ ਕਾਊਂਟਰ ਲੱਗਿਆ ਹੋਇਆ ਵਾ, ਤੁਹਾਡੇ ਕੋਲ ਲੋਲ ਕਾਰਡ ਚਾਹੀਦਾ, ਉਹ ਅਗਰ ਉਹਦੇ ਕੋਲ ਅਗਰ ਤੁਹਾਡੇ ਕੋਲ ਕਾਰਡ ਨਹੀਂ ਵੀ ਹੈਗਾ, ਕੈਸ਼ ਤੁਸੀਂ ਟਿਕਟ ਲੈ ਸਕਦੇ ਹੋ। ਓਕੇ, ਉਸ ਤੋਂ ਬਾਅਦ ਅਸੀਂ ਐਂਟਰ ਹੋਏ ਇਹਦੇ ਵਿੱਚ। ਐਂਟਰ ਟਾਈਮ 'ਤੇ ਤੁਹਾਨੂੰ ਬਾਹਰ ਖੜ੍ਹਾ ਹੋਣ ਤੋਂ ਮਨਾ ਕਰਦੇ ਨੇ ਉਹ, ਵੀ ਬਾਹਰ ਖੜ੍ਹੇ ਨਹੀਂ ਹੋ ਸਕਦੇ। ਓਕੇ, ਆਫਟਰ ਡਿਪਾਰਚਰ ਆਫਟਰ 5 or 10 minutes ਉਹਨਾਂ ਦਾ ਇੱਕ ਵਰਕਰ ਹੁੰਦਾ ਵਾ, ਤੁਹਾਨੂੰ ਅੰਦਰ ਬੈਠਿਆਂ ਨੂੰ ਉਹ ਦੱਸ ਦੇਗਾ ਕਿ ਅਗਰ ਤੁਸੀਂ ਬਾਹਰ ਖੜ੍ਹੇ ਹੋ ਕੇ ਫੋਟੋ ਵਗੈਰਾ ਲੈਣੀ ਆ, ਤੁਸੀਂ ਫੋਟੋ 'ਤੇ ਇੰਜੋਏ ਕਰ ਸਕਦੇ ਹੋ। ਇਹ ਪ੍ਰੋਸੀਜਰ ਇਹਦਾ ਅੰਦਰ ਦਾ, ਠੀਕ ਹੈ। ਸਾਈਡ ਵਿਊ ਅਮੇਜ਼ਿੰਗ, ਆਓ ਇੰਜੋਏ ਕਰੋ। 15 ਦਿਰਹਮ ਕੋਈ ਜ਼ਿਆਦਾ ਨਹੀਂ ਹੁੰਦੇ, 15 ਦਿਰਹਮ। ਗਰਮੀ ਆ ਗਈ ਹੈ ਵੀਰੇ, ਵਾਲ ਹੇਅਰ ਸਟਾਈਲ ਇੱਧਰ ਉੱਧਰ ਹੋ ਗਿਆ। ਤੁਹਾਨੂੰ ਇੱਕ ਬੈਕ ਡੈਕ ਜਿੱਥੇ ਮਤਲਬ ਬਾਹਰ ਆ ਕੇ ਤੁਸੀਂ ਦੇਖ ਸਕਦੇ ਹੋ ਨਾ, ਤੁਹਾਨੂੰ ਉਹਦਾ ਇੱਕ ਛੋਟਾ ਜਿਹਾ ਵਿਊ ਦੇ ਦਿੰਦਾ ਮੈਂ, ਜਿੱਥੇ ਬਾਹਰ ਆ ਕੇ ਬੰਦੇ ਖੜ੍ਹਦੇ ਆ ਔਰ ਦੇਖ ਸਕਦੇ ਆ, ਆਪਾਂ ਇੰਜੋਏ ਕਰ ਸਕਦੇ ਹਾਂ। ਆਹ ਮੇਨ ਡੋਰ ਆ ਵੀਰੇ, ਪੈਸੇਂਜਰ ਔਰ ਪੈਸੇਂਜਰ ਦੇ ਲਈ, ਇਹਨੂੰ ਡੋਰ ਨੂੰ ਓਪਨ ਕਰੋ, ਸਲਾਈਡ ਡੋਰ ਹੈ, ਠੀਕ ਹੈ। ਬਾਹਰ ਆ ਜਾਓ, ਲਾਈਫ ਜੈਕਟਸ, ਆਲ ਪੈਸੇਂਜਰਸ ਆਰ ਸਟੈਂਡਿੰਗ ਹੇਅਰ, ਔਰ ਇੱਧਰ ਵੀ ਖੜ੍ਹੇ ਹੋ ਸਕਦੇ ਹੋ ਜਿਵੇਂ ਉਹ ਖੜ੍ਹੇ। ਸ਼ੈਰੀ ਕਿੱਦਾਂ, ਐ ਰਹੀ ਦੂਸਰੀ ਸਾਈਡ। ਓਕੇ, 2 ਗੇਟਸ ਨੇ, 1 ਹੇਅਰ ਐਂਡ ਇਟਸ 1 ਹੇਅਰ। ਭਾਈ ਉਹ ਸ਼ਿਪ ਖੜਾ ਦੇਖ ਲਓ, ਇਹ ਸ਼ਿਪਾਂ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਵੀਰੇ, ਪੁਰਾਣੀਆਂ ਯਾਦਾਂ। ਓਕੇ ਵੀਰੇ, ਚੱਲਦੇ ਆ ਥੋੜ੍ਹੇ ਅੰਦਰ, ਹੁਣ ਏਸੀ ਦੇ ਵਿੱਚ ਬੋਡੀ ਨੂੰ ਸਰੀਰ ਨੂੰ ਥੋੜ੍ਹਾ ਜਿਹਾ ਠੰਡਾ ਕਰ ਲਈਏ, ਗਰਮੀ ਆ ਗਈ ਆ, ਪਸੀਨੇ ਆ ਗਏ ਨੇ। ਓਕੇ, ਨਾਓ ਵਿਲ ਗੋ ਇਨਸਾਈਡ। ਓਕੇ, ਪਲੀਜ਼ ਡੂ ਸਬਸਕ੍ਰਾਈਬ ਟੂ ਬ੍ਰੋ ਚੈਨਲ, ਲਾਈਕ ਸ਼ੇਅਰ ਐਂਡ ਕਮੈਂਟ। Bye-bye.
ਵੀਰੇ ਅਸੀਂ ਪਹੁੰਚ ਗਏ ਆਪਦੇ ਸਟੇਸ਼ਨ ਤੇ ਸ਼ਾਰਜਾ ਸ਼ਾਰਜਾ ਕੈਰੀਅਮ ਸ਼ਾਰਜਾ ਕੈਰੀਅਮ ਨਾਓ ਵਿਲ ਗੋ ਆਰ ਸਾਈਡ ਫਰੋਮ ਫੈਰੀ ਸੇਮ ਫੈਰੀ ਇਹ ਜੋ ਪਿੱਛੇ ਲਾਈਨ ਆ ਇਹ ਜਾ ਰਹੇ ਨੇ ਹੁਣ ਦੁਬਈ ਅਸੀਂ ਆ ਗਏ ਸ਼ਾਰਜਾ ਅਤੇ ਹੁਣ ਅਸੀਂ ਫਿਰ ਜਾਣਾ ਵਾਪਸ ਦੁਬਈ ਸਿਰਫ ਵਲੌਗ ਲਈ ਮਤਲਬ ਥੋੜ੍ਹਾ ਵੀਡੀਓ ਬਣਾਉਣ ਲਈ ਆਪਣਾ ਵਲੌਗ ਰੈਡੀ ਕਰਨ ਲਈ ਸਿਰਫ ਤੁਹਾਡੇ ਲਈ ਅਸੀਂ ਇਹ ਟਰੈਵਲਿੰਗ ਕੀਤੀ ਆ ਹੁਣ ਵਾਪਸ ਦੁਬਈ ਜਾਵਾਂਗੇ ਉੱਥੇ ਕਾਰ ਪਾਰਕ ਕਰਕੇ ਫਿਰ ਆਪਣੇ ਆਪਣੇ ਘਰਾਂ ਨੂੰ ਵੀਰੇ ਅਗੇਨ ਵਾਪਸ ਜਾਣ ਲਈ ਨਾ ਤੁਹਾਨੂੰ ਟਿਕਟਸ ਲੈਣੀਆਂ ਪੈਣੀਆਂ ਨੇ ਟਿਕਟ ਕਾਊਂਟਰ ਆ ਰਿਹਾ ਓਕੇ ਫੈਰੀ ਉਹ ਸਾਈਡ ਖੜ੍ਹੀ ਹੈ tickets ਲੈ ਕੇ ਦੈਨ ਵਿਲ ਗੋ ਬੈਕ ਟੂ ਦੁਬਈ ਥੈਂਕ ਯੂ ਸੋ ਮਚ ਫਿਨਿਸ਼ ਹੋ ਗਿਆ ਵਧੀਆ ਰਿਹਾ ਜਾਂਦੇ ਹੋਏ ਤਾਂ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਉਹਦੇ ਅਸੀਂ ਦੇਖਿਆ ਹੋਇਆ ਸੀ ਤੇ ਬਹਿ ਕੇ ਗੱਲਾਂ ਕਰਕੇ ਜਾਂਦੇ ਹੋਏ ਇੰਜੋਏ ਆਉਂਦੇ ਹੋਏ ਗੱਲਾਂ ਬਾਤਾਂ ਆ ਗਿਆ ਬਾਈ ਦੇਖ ਲਓ ਮਾਹੌਲ Okay guys, please do subscribe, like, share and comment. Do bro channel. Okay? Okay. Bye bye. Subscribe. Bye bye.